ਮਾਂ ਨੂੰ ਪੁੱਤ ਦੀ ਲਾਸ਼ ਨਾਲ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਸਟਾਰਟਅਪ ਕੰਪਨੀ ਦੀ CEO ਤੇ ਹੀ ਪੁੱਤ ਦੀ ਮੌਤ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਸੂਮ ਬੱਚੇ ਦੀ ਉਮਰ ਮਹਿਜ 4 ਸਾਲ ਦੀ ਦੱਸੀ ਜਾ ਰਹੀ ਹੈ। ਸੂਚਨਾ ਸੇਠ ਵਜੋਂ ਔਰਤ ਦੀ ਪਹਿਚਾਣ ਹੋਈ ਹੈ, ਜੋ ਕਿ ਸਟਾਰਟਅਪ ਕੰਪਨੀ ਦੀ CEO ਦੱਸੀ ਜਾ ਰਹੀ ਹੈ। ਸੂਚਨਾ ਸੇਠ ਨੇ ਬੈਗ ਦੇ ਵਿੱਚ ਰੱਖੀ ਲਾਸ਼ ਨੂੰ ਕਰਨਾਟਕ ਲੈ ਕੇ ਜਾਣ ਦੇ ਲਈ ਇੱਕ ਟੈਕਸੀ ਨੂੰ ਕਿਰਾਏ 'ਤੇ ਲਿਆ। ਫਿਲਹਾਲ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਦੇ ਉੱਤੇ ਕਤਲ ਦੇ ਇਲਜ਼ਾਮ ਲੱਗੇ ਨੇ। ਦੱਸ ਦਈਏ ਕਿ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਔਰਤ ਨੇ ਰੂਮ ਦੇ ਵਿੱਚੋਂ ਚੈੱਕਆਊਟ ਕੀਤਾ ਅਤੇ ਸਾਫ਼ ਸਫਾਈ ਕਰਨ ਆਏ ਕਰਮਚਾਰੀ ਨੇ ਖੂਨ ਦੇ ਨਿਸ਼ਾਨ ਉਸਦੇ ਕਮਰੇ ਦੇ ਵਿੱਚ ਦੇਖੇ। ਸੋਮਵਾਰ 8 ਜਨਵਰੀ ਦੀ ਸਵੇਰੇ ਸੂਚਨਾ ਸੇਠ ਆਪਣਾ ਬੈਗ ਲੈ ਕੇ ਜਿਸ ਰੂਮ ਦੇ ਵਿੱਚੋਂ ਵਾਪਸ ਜਾਣ ਦੇ ਲਈ ਨਿਕਲੀ ਸੀ, ਉਸ ਰੂਮ ਦੇ ਵਿੱਚ ਖੂਨ ਦੇ ਧੱਬੇ ਮਿਲੇ ਅਤੇ ਸੇਠ ਨੇ ਸੋਮਵਾਰ ਨੂੰ ਇਕੱਲੇ ਹੀ ਕਮਰੇ ਦੇ ਵਿੱਚੋਂ ਬਾਹਰ ਨਿਕਲੀ ਅਤੇ ਹੋਟਲ ਦੇ ਕਰਮਚਾਰੀਆਂ ਤੋਂ ਬੈਂਗਲੁਰ ਦੇ ਲਈ ਇੱਕ ਟੈਕਸੀ ਬੁੱਕ ਕਰਵਾਉਣ ਨੂੰ ਕਿਹਾ। ਸਟਾਫ ਨੇ ਫਲਾਈਟ ਲੈ ਕੇ ਜਾਣ ਦੀ ਸਲਾਹ ਦਿੱਤੀ ਤਾਂ ਸੂਚਨਾ ਸੇਠ ਨੇ ਟੈਕਸੀ ਕਰਨ ਦੇ ਲਈ ਹੀ ਕਿਹਾ। ਸਟਾਫ ਨੇ ਦੱਸਿਆ ਕਿ ਵਾਰ ਵਾਰ ਸੂਚਨਾ ਟੈਕਸੀ ਬੁੱਕ ਕਰਨ ਦੇ ਉੱਤੇ ਹੀ ਜ਼ੋਰ ਦੇ ਰਹੀ ਸੀ। ਸਟਾਫ ਨੇ ਗੌਰ ਕੀਤਾ ਕਿ ਉਸਦਾ ਬੇਟਾ ਗਾਇਬ ਹੈ। ਸਟਾਫ ਨੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਨੂੰ ਸੂਚਿਤ ਕੀਤਾ ਤਾਂ ਜਿਸ ਤੋਂ ਬਾਅਦ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਗਿਆ ਅਤੇ ਸੇਠ ਦੇ ਨਾਲ ਗੱਲ ਕਰਵਾਉਣ ਦੇ ਲਈ ਕਿਹਾ। ਪਰੰਤੂ ਜੋ ਸੂਚਨਾ ਸੇਠ ਸੀ ਉਸਨੇ ਕਿਹਾ ਕਿ ਜੋ ਉਸਦਾ ਬੇਟਾ ਹੈ ਉਹ ਉਸਦੇ ਇੱਕ ਦੋਸਤ ਦੇ ਕੋਲ ਹੈ ਅਤੇ ਉਸ ਦੋਸਤ ਦਾ ਪਤਾ ਵੀ ਦਿੱਤਾ, ਜੋ ਕਿ ਫਰਜ਼ੀ ਨਿਕਲਿਆ। ਜਿਸ ਤੋਂ ਬਾਅਦ ਮੁੜ ਤੋਂ ਡਰਾਈਵਰ ਨੂੰ ਫੋਨ ਕੀਤਾ ਗਿਆ ਅਤੇ ਡਰਾਈਵਰ ਨੇ ਕੋਂਕਣੀ ਭਾਸ਼ਾ ਦੇ ਵਿੱਚ ਗੱਲ ਕੀਤੀ ਤਾਂ ਜੋ ਔਰਤ ਨੂੰ ਉਸਦੀ ਭਾਸ਼ਾ ਸਮਝ ਨਾ ਆਵੇ। ਤਾਂ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੇ ਡਰਾਈਵਰ ਨੂੰ ਗੱਡੀ ਜੋ ਹੈ ਨੇੜੇ ਦੇ ਥਾਣੇ ਦੇ ਵਿੱਚ ਲੈ ਕੇ ਜਾਣ ਦੇ ਲਈ ਕਿਹਾ। ਜਦੋਂ ਉੱਥੇ ਬੈਗ ਦੀ ਤਲਾਸ਼ੀ ਲਈ ਤਾਂ ਉਸਦੇ ਵਿੱਚੋਂ ਸੂਚਨਾ ਸੇਠ ਦੇ ਹੀ ਪੁੱਤ ਦੀ, ਜੋ ਕਿ 4 ਸਾਲ ਦਾ ਸੀ, ਉਸਦੀ ਲਾਸ਼ ਨਿਕਲੀ ਹੈ। ਫਿਲਹਾਲ ਪੁਲਿਸ ਨੇ ਹੁਣ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਇੱਕ ਸਟਾਰਟਅਪ ਕੰਪਨੀ ਦੀ CEO ਦੇ ਉੱਤੇ ਹੀ ਆਪਣੀ ਪੁੱਤ ਦੀ ਮੌਤ ਦੇ ਇਲਜ਼ਾਮ ਲੱਗੇ ਨੇ। ਮਾਂ ਨੂੰ ਪੁੱਤ ਦੀ ਲਾਸ਼ ਨਾਲ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਸਟਾਰਟਅਪ ਕੰਪਨੀ ਦੀ CEO ਤੇ ਹੀ ਪੁੱਤ ਦੀ ਮੌਤ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਾਸੂਮ ਬੱਚੇ ਦੀ ਉਮਰ ਮਹਿਜ 4 ਸਾਲ ਦੀ ਦੱਸੀ ਜਾ ਰਹੀ ਹੈ। ਸੂਚਨਾ ਸੇਠ ਵਜੋਂ ਔਰਤ ਦੀ ਪਹਿਚਾਣ ਹੋਈ ਹੈ, ਜੋ ਕਿ ਸਟਾਰਟਅਪ ਕੰਪਨੀ ਦੀ CEO ਦੱਸੀ ਜਾ ਰਹੀ ਹੈ। ਸੂਚਨਾ ਸੇਠ ਨੇ ਬੈਗ ਦੇ ਵਿੱਚ ਰੱਖੀ ਲਾਸ਼ ਨੂੰ ਕਰਨਾਟਕ ਲੈ ਕੇ ਜਾਣ ਦੇ ਲਈ ਇੱਕ ਟੈਕਸੀ ਨੂੰ ਕਿਰਾਏ 'ਤੇ ਲਿਆ। ਫਿਲਹਾਲ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਦੇ ਉੱਤੇ ਕਤਲ ਦੇ ਇਲਜ਼ਾਮ ਲੱਗੇ ਨੇ। ਦੱਸ ਦਈਏ ਕਿ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਔਰਤ ਨੇ ਰੂਮ ਦੇ ਵਿੱਚੋਂ ਚੈੱਕਆਊਟ ਕੀਤਾ ਅਤੇ ਸਾਫ਼ ਸਫਾਈ ਕਰਨ ਆਏ ਕਰਮਚਾਰੀ ਨੇ ਖੂਨ ਦੇ ਨਿਸ਼ਾਨ ਉਸਦੇ ਕਮਰੇ ਦੇ ਵਿੱਚ ਦੇਖੇ। ਸੋਮਵਾਰ 8 ਜਨਵਰੀ ਦੀ ਸਵੇਰੇ ਸੂਚਨਾ ਸੇਠ ਆਪਣਾ ਬੈਗ ਲੈ ਕੇ ਜਿਸ ਰੂਮ ਦੇ ਵਿੱਚੋਂ ਵਾਪਸ ਜਾਣ ਦੇ ਲਈ ਨਿਕਲੀ ਸੀ, ਉਸ ਰੂਮ ਦੇ ਵਿੱਚ ਖੂਨ ਦੇ ਧੱਬੇ ਮਿਲੇ ਅਤੇ ਸੇਠ ਨੇ ਸੋਮਵਾਰ ਨੂੰ ਇਕੱਲੇ ਹੀ ਕਮਰੇ ਦੇ ਵਿੱਚੋਂ ਬਾਹਰ ਨਿਕਲੀ ਅਤੇ ਹੋਟਲ ਦੇ ਕਰਮਚਾਰੀਆਂ ਤੋਂ ਬੈਂਗਲੁਰ ਦੇ ਲਈ ਇੱਕ ਟੈਕਸੀ ਬੁੱਕ ਕਰਵਾਉਣ ਨੂੰ ਕਿਹਾ। ਸਟਾਫ ਨੇ ਫਲਾਈਟ ਲੈ ਕੇ ਜਾਣ ਦੀ ਸਲਾਹ ਦਿੱਤੀ ਤਾਂ ਸੂਚਨਾ ਸੇਠ ਨੇ ਟੈਕਸੀ ਕਰਨ ਦੇ ਲਈ ਹੀ ਕਿਹਾ। ਸਟਾਫ ਨੇ ਦੱਸਿਆ ਕਿ ਵਾਰ ਵਾਰ ਸੂਚਨਾ ਟੈਕਸੀ ਬੁੱਕ ਕਰਨ ਦੇ ਉੱਤੇ ਹੀ ਜ਼ੋਰ ਦੇ ਰਹੀ ਸੀ। ਸਟਾਫ ਨੇ ਗੌਰ ਕੀਤਾ ਕਿ ਉਸਦਾ ਬੇਟਾ ਗਾਇਬ ਹੈ। ਸਟਾਫ ਨੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਨੂੰ ਸੂਚਿਤ ਕੀਤਾ ਤਾਂ ਜਿਸ ਤੋਂ ਬਾਅਦ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਗਿਆ ਅਤੇ ਸੇਠ ਦੇ ਨਾਲ ਗੱਲ ਕਰਵਾਉਣ ਦੇ ਲਈ ਕਿਹਾ। ਪਰੰਤੂ ਜੋ ਸੂਚਨਾ ਸੇਠ ਸੀ ਉਸਨੇ ਕਿਹਾ ਕਿ ਜੋ ਉਸਦਾ ਬੇਟਾ ਹੈ ਉਹ ਉਸਦੇ ਇੱਕ ਦੋਸਤ ਦੇ ਕੋਲ ਹੈ ਅਤੇ ਉਸ ਦੋਸਤ ਦਾ ਪਤਾ ਵੀ ਦਿੱਤਾ, ਜੋ ਕਿ ਫਰਜ਼ੀ ਨਿਕਲਿਆ। ਜਿਸ ਤੋਂ ਬਾਅਦ ਮੁੜ ਤੋਂ ਡਰਾਈਵਰ ਨੂੰ ਫੋਨ ਕੀਤਾ ਗਿਆ ਅਤੇ ਡਰਾਈਵਰ ਨੇ ਕੋਂਕਣੀ ਭਾਸ਼ਾ ਦੇ ਵਿੱਚ ਗੱਲ ਕੀਤੀ ਤਾਂ ਜੋ ਔਰਤ ਨੂੰ ਉਸਦੀ ਭਾਸ਼ਾ ਸਮਝ ਨਾ ਆਵੇ। ਤਾਂ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੇ ਡਰਾਈਵਰ ਨੂੰ
ਗੱਡੀ ਜੋ ਹੈ ਨੇੜੇ ਦੇ ਥਾਣੇ ਦੇ ਵਿੱਚ ਲੈ ਕੇ ਜਾਣ ਦੇ ਲਈ ਕਿਹਾ। ਜਦੋਂ ਉੱਥੇ ਬੈਗ ਦੀ ਤਲਾਸ਼ੀ ਲਈ ਤਾਂ ਉਸਦੇ ਵਿੱਚੋਂ ਸੂਚਨਾ ਸੇਟ ਦੇ ਹੀ ਪੁੱਤ ਦੀ, ਜੋ ਕਿ 4 ਸਾਲ ਦਾ ਸੀ, ਉਸਦੀ ਲਾਸ਼ ਨਿਕਲੀ ਹੈ। ਫਿਲਹਾਲ ਪੁਲਿਸ ਨੇ ਹੁਣ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਇੱਕ ਸਟਾਰਟਅਪ ਕੰਪਨੀ ਦੀ CEO ਦੇ ਉੱਤੇ ਹੀ ਆਪਣੀ ਪੁੱਤ ਦੀ ਮੌਤ ਦੇ ਇਲਜ਼ਾਮ ਲੱਗੇ ਨੇ।